ਖਾਲਸਾ ਪੰਥ ਦੀ ਸਾਜਨਾ ਦਿਵਸ ਦੇ ਮੌਕੇ ਉੱਤੇ ਵਿਸਾਖੀ ਮਨਾਉਣ ਲਈ ਵੱਖ-ਵੱਖ ਥਾਵਾਂ ਤੋਂ ਆਇਆ ਸ਼ਰਧਾਲੂਆਂ ਦਾ ਜੱਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜ਼ਰੀਏ ਪਾਕਿਸਤਾਨ ਲਈ ਰਵਾਨਾ ਹੋਇਆ ਹੈ। ਵਿਸਾਖੀ ਮਨਾਉਣ ਅਤੇ ਆਪਣੇ ਗੁਰੂ ਧਾਮਾਂ ਦੇ ਦਰਸ਼ਨ ਕਰਨ ਲਈ ਗਿਆ ਇਹ ਜੱਥਾ 21 ਤਾਰੀਖ ਨੂੰ ਵਾਪਸ ਪਰਤੇਗਾ। ਸਿੱਖ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਪਾਕਿਸਤਾਨ ਵਿੱਚ ਆਪਣੇ ਗੁਰੂ ਧਾਮਾਂ ਦੇ ਦਰਸ਼ਨ ਕਰਨ ਦੀ ਚਾਹਤ ਉਹਨਾਂ ਦੇ ਮਨ ਵਿੱਚ ਹਮੇਸ਼ਾ ਤੋਂ ਸੀ ਅਤੇ ਅੱਜ ਉਹਨਾਂ ਨੂੰ ਇਹ ਮੌਕਾ ਮਿਲਿਆ ਹੈ। ਉਹਨਾਂ ਕਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜੇ ਗਏ ਸ਼ਰਧਾਲੂਆਂ ਦੇ ਵੀਜ਼ੇ ਵਿੱਚ ਕੁਝ ਵੀਜ਼ੇ ਪਾਕਿਸਤਾਨ ਦੁਆਰਾ ਖਾਰਜ ਕਰ ਦਿੱਤੇ ਗਏ, ਜੋ ਕਿ ਬੇਹੱਦ ਅਫਸੋਸਜਨਕ ਗੱਲ ਹੈ। ਉਹਨਾਂ ਨੇ ਕਿਹਾ ਹੈ ਕਿ ਪਾਕਿਸਤਾਨ ਦੇ ਵਿੱਚ ਨਨਕਾਣਾ ਸਾਹਿਬ, ਪੰਜਾ ਸਾਹਿਬ ਦੇ ਇਲਾਵਾ ਵੱਖੋ ਵੱਖ ਗੁਰੂ ਧਾਮਾਂ ਦੇ ਦਰਸ਼ਨ ਕਰਕੇ ਜੱਥਾ 21 ਤਾਰੀਖ ਨੂੰ ਵਾਪਸ ਭਾਰਤ ਪਰਤਾਵੇਗਾ। ਇਹ ਬੜੀ ਮਾਮੂਲੀ ਜੀ ਗੱਲ ਹੈ, ਪਤਾ ਗੱਲ ਕੀ ਹੁੰਦੀ ਹੈ ਜੀ, ਕਿਸੇ ਬੰਦੇ ਦੇ ਪੇਪਰ ਪੂਰੇ ਨਹੀਂ ਹੁੰਦੇ, ਕਿਸੇ ਦੇ ਐਂਟੀਸੀਡੈਂਟਸ ਕਲੀਅਰ ਨਹੀਂ ਹੁੰਦੇ, ਕੋਈ ਟੈਕਨੀਕਲ ਰੀਜ਼ਨ ਵੀ ਹੋ ਸਕਦੇ ਨੇ। ਆਪਾਂ ਹਰ ਗੱਲ ਨੂੰ ਸ਼ੱਕ ਦੀ ਨਿਗਾਹ ਨਾਲ ਕਾਹਨੂੰ ਵੇਖੀ ਆਪਾਂ ਨੂੰ। ਆਖਿਰਕਾਰ ਜਿੰਨੇ ਅਸੀਂ 1000 ਬੰਦਾ, 900 ਬੰਦਾ ਹਰ ਵਾਰੀ ਜਾਂਦੇ ਨੇ, ਮਹਾਰਾਜਾ ਰਣਜੀਤ ਸਿੰਘ ਵੇਲੇ ਵੀ ਜਾਂਦੇ ਨੇ ਜੀ, ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਵੇਲੇ ਵੀ ਜਾਂਦੇ ਨੇ ਜੀ, ਅਤੇ ਇਸ ਤਰ੍ਹਾਂ ਹਰ ਸਾਲ ਜਾਂਦੇ ਨੇ, ਚਾਰ ਚਾਰ ਵਾਰੀ ਸਾਡੇ ਜਿੱਥੇ ਜਾਂਦੇ ਨੇ ਜੀ। ਇਹ 40-50 ਬੰਦੇ ਜੇ ਕਿਤੇ ਕੱਟੇ ਗਏ ਨੇ ਤਾਂ ਆਪਾਂ ਇਸ ਗੱਲ ਨੂੰ ਦੂਜੇ ਨਜ਼ਰ 'ਚ ਨਹੀਂ ਵੇਖਣਾ ਚਾਹੀਦਾ। ਇਹ ਮੌਕੇ ਹੋਣੇ ਚਾਹੀਦੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮਸਲੇ ਨੂੰ ਬੜਾ ਚਿਰ ਤੋਂ ਸਰਕਾਰਾਂ ਨਾਲ ਲੈਂਦੀ ਰਹੀ ਹੈ ਜੀ। ਤੁਹਾਨੂੰ ਯਾਦ ਹੋਏਗਾ ਕੁਛ ਸਾਲ ਪਹਿਲਾਂ ਜਿੱਥੇ ਕੋਈ ਜਾਣੇ ਬੰਦ ਵੀ ਹੋ ਗਏ ਸੀ ਕੁਛ ਚਿਰ, ਇਹ ਜਿਵੇਂ ਜਿਵੇਂ ਤਣਾਅ ਪੈਦਾ ਹੁੰਦਾ ਦੋ ਮੁਲਕਾਂ ਦੇ ਵਿੱਚ, ਕਿਸੇ ਲੜਾਈ ਹੋ ਜਾਂਦੀ ਹੈ ਤਾਂ ਇਹ ਗੱਲਾਂ 'ਤੇ ਥੋੜ੍ਹੀ ਜਿਹੀ ਰੋਕ ਲੱਗ ਜਾਂਦੀ ਹੈਗੀ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਲਈ ਕੋਈ ਲੰਬੀ ਚੌੜੀ ਬਿਲਕੁਲ ਰੋਕ ਨਹੀਂ ਹੋਣੀ ਚਾਹੀਦੀ। ਨਾਲ ਹੀ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਵੀਜ਼ਾ ਸਿਸਟਮ ਦੇ ਵਿੱਚ ਥੋੜ੍ਹੀ ਨਰਮੀ ਵਰਤੀ ਜਾਵੇ ਤਾਂ ਕਿ ਸਿੱਖ ਸ਼ਰਧਾਲੂ ਪਾਕਿਸਤਾਨ ਦੇ ਵਿੱਚ ਗੁਰੂ ਧਾਮਾਂ ਦੇ ਦਰਸ਼ਨ ਕਰਨ ਲਈ ਜਾ ਸਕਣ। ਖਾਲਸੇ ਦਾ ਜਨਮ ਦਿਨ ਪਾਕਿਸਤਾਨ ਦੇ ਵਿੱਚ ਵਿਸਾਖੀ ਦਾ ਦਿਹਾੜਾ ਮਨਾਉਣ ਜਾ ਰਹੇ ਹਾਂ, ਬਹੁਤ ਸ਼ਰਧਾ ਨਾਲ, ਦਿਲ 'ਚ ਬਹੁਤ ਚਾਅ ਵੀ ਅਸੀਂ ਉੱਥੇ ਨਨਕਾਣਾ ਸਾਹਿਬ, ਪੰਜਾ ਸਾਹਿਬ, ਡੇਰਾ ਸਾਹਿਬ, ਰੋੜੀ ਸਾਹਿਬ, ਏਮਨਾਬਾਦ ਸਾਰੇ ਤੀਰਥਾਂ ਦਾ ਦਰਸ਼ਨ ਕਰਨ ਦਾ ਚਾਅ ਮਨ ਦੇ ਵਿੱਚ। ਬਹੁਤ ਵਧੀਆ ਉਪਰਾਲਾ ਕੀਤਾ ਸ਼੍ਰੋਮਣੀ ਕਮੇਟੀ ਨੇ ਇਹ ਵੀ, ਕਿ ਜਿਹੜੇ ਯਾਤਰੂ ਸਾਰੇ ਬਹੁਤ ਉਤਸ਼ਾਹ ਨਾਲ ਜਾ ਰਹੇ ਨੇ, ਪ੍ਰਬੰਧ ਵੀ ਵਧੀਆ ਕਰਿਆ ਹੋਇਆ, ਬਹੁਤ ਖੁਸ਼ੀ ਵਾਲਾ ਮਾਹੌਲ ਆ। ਜਾਣ ਕਰਕੇ ਸਰ ਸ਼੍ਰੋਮਣੀ ਕਮੇਟੀ ਦਾ ਬਹੁਤ ਵੱਡਾ ਉਪਰਾਲਾ, ਅਸੀਂ ਵੀ ਚਾਹੁੰਦੇ ਹਾਂ ਵੀ ਦੋਵੇਂ ਮੁਲਕ ਇੱਕਜੁੱਟ ਹੋ ਜਾਣ। ਇਹ ਤਾਂ ਬਹੁਤ ਬਹੁਤ ਖੁਸ਼ੀ ਵਾਲੀ ਗੱਲ ਹੋਵੇਗੀ, ਗੁਰਦੁਆਰਾ ਸਾਹਿਬ ਦਰਸ਼ਨ ਕਰਨੇ ਨੇ ਪਹਿਲੀ ਵਾਰ, ਮਨ 'ਚ ਖੁਸ਼ੀਆਂ ਨੇ, ਤਿਰੰਗਾ ਨੇ, ਮੰਗਾਂ ਨੇ ਬਹੁਤ। ਇਸ ਕਰਕੇ ਜਿਹੜਾ ਸ਼੍ਰੋਮਣੀ ਕਮੇਟੀ ਦਾ ਨਿਰਪੱਖ ਰੋਲ ਆ ਬਹੁਤ ਵਧੀਆ। ਇਸ ਅਸੀਂ ਜਨਮ ਦਿਹਾੜਾ ਮਨਾਉਣ ਦੀ ਖੁਸ਼ੀ ਦੇ ਵਿੱਚ ਉੱਥੇ ਇਕੱਤਰ ਹੋਣ ਜਾ ਰਹੇ ਹਾਂ, ਸਾਰੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਂਗੇ। ਇਹ ਸਾਡੀ ਦਿਲ ਖੁਸ਼ੀ ਆ, ਮੰਗ ਆ ਕਿ ਸਾਰੇ ਭਰਾਤਰੀ ਭਾਵ ਨਾਲ ਰਹਿਣ। ਬਿਊਰੋ ਰਿਪੋਰਟ, ਗਲੋਬਲ ਪੰਜਾਬ ਟੀਵੀ।